ਭਾਰਤੀ ਕਿਸਾਨ ਮੋਰਚਾ ਦੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤੇ ਰਾਏਕੋਟ ਇਲਾਕੇ ਦੇ ਵਿੱਚ ਭਰਵਾਂ ਸਮਰਥਨ ਮਿਲਿਆ ਜਿਸ ਦੌਰਾਨ ਰਾਏਕੋਟ ਸ਼ਹਿਰ ਅਤੇ ਪਿੰਡਾਂ ਦੇ ਸਮੁੱਚੇ ਬਾਜ਼ਾਰ ਬੰਦ ਰਹੇ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ। ਉੱਥੇ ਹੀ ਭਾਰਤੀ ਕਿਸਾਨ ਯੂਨੀਅਨ, ਡਕੌਦਾ, ਰਾਜੇਵਾਲ, ਲੱਖੋਵਾਲ, ਕਾਦੀਆਂ, DTF ਟਰੱਕ ਯੂਨੀਅਨ ਰਾਏਕੋਟ, ਆੜਤੀਏ ਵਪਾਰੀ ਅਤੇ ਰਾਏਕੋਟ ਦੇ ਬਰਨਾਲਾ ਚੌਂਕ ਵਿੱਚ ਚੱਕਾ ਜਾਮ ਕੀਤਾ ਗਿਆ ਅਤੇ ਵਪਾਰੀਆਂ ਦੇ ਵੱਲੋਂ ਰਾਏਕੋਟ ਦੇ ਬਰਨਾਲਾ ਚੌਂਕ ਦੇ ਵਿੱਚ ਚੱਕਾ ਜਾਮ ਕੀਤਾ ਗਿਆ ਜਿਸ ਦੌਰਾਨ ਵੱਡੀ ਗਿਣਤੀ ਚ ਮਰਦਾਂ, ਔਰਤਾਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਅੱਜ ਦੇਸ਼ ਦਾ ਕਿਸਾਨ, ਮਜ਼ਦੂਰ, ਮੁਲਾਜ਼ਮ, ਵਪਾਰੀ ਅਤੇ ਆਮ ਲੋਕ ਬੁਰੀ ਤਰ੍ਹਾਂ ਦੁਖੀ ਹਨ। ਇਸ ਲਈ ਹੀ ਦੇਸ਼ ਦਾ ਹਰ ਵਰਗ ਕਿਸਾਨਾਂ ਵੱਲੋਂ ਦਿੱਲੀ ਬਾਰਡਰਾਂ ਅਤੇ ਹੋਰ ਥਾਵਾਂ ਤੇ ਲਗਾਏ ਮੋਰਚਿਆਂ ਤੇ ਧਰਨਿਆਂ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਹਨ। ਇਸ ਸਮੇਂ ਸੰਬੋਧਨ ਕਰਦਿਆਂ ਲੋਕਾਂ ਨੇ ਹੋਰ ਕੀ ਕੁਝ ਕਿਹਾ, ਆਓ ਤੁਹਾਨੂੰ ਦਿਖਾਉਂਦੇ ਇਸ ਰਿਪੋਰਟ ਦੇ ਵਿੱਚ। ਦੇਖੋ ਜੀ, ਪਿਛਲੇ ਲਗਭਗ 4 ਮਹੀਨੇ ਤੋਂ ਲਗਾਤਾਰ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠੇ ਨੇ। ਸਰਕਾਰ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ। ਉਸ ਸੰਬੰਧ ਦੇ ਵਿੱਚ ਉਸ ਸੰਘਰਸ਼ ਨੂੰ ਤਿੱਖਾ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਸਾਨੂੰ ਇੱਕ ਕਾਲ ਦਿੱਤੀ ਗਈ ਆ। ਅੱਜ ਦਾ ਦਿਨ ਭਾਰਤ ਬੰਦ ਦੀ, ਅੱਜ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਬਿਲਕੁਲ ਭਾਰਤ ਬੰਦ ਰਹੇਗਾ ਅਤੇ ਚਿੜੀ ਵੀ ਫਰਕ ਨਹੀਂ ਦਿੱਤੀ ਜਾਵੇਗੀ। ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਸੜਕਾਂ ਦੇ ਉੱਪਰ ਕਿਸ ਤਰ੍ਹਾਂ ਸੁੰਨ ਪਸਰੀ ਹੋਈ ਆ, ਬਾਜ਼ਾਰ ਬਿਲਕੁਲ ਬੰਦ ਨੇ ਤੇ ਸਾਨੂੰ ਭਰਮਾ ਹੁੰਗਾਰਾ ਮਿਲ ਰਿਹਾ। ਹੋਰ ਕਿਹੜੀ ਕਿਹੜੀ ਇਕਾਈਆਂ ਦਾ ਤੁਹਾਨੂੰ ਸਮਰਥਨ ਮਿਲਿਆ? ਸਾਨੂੰ ਲਗਭਗ ਸਾਰੀਆਂ ਹੀ ਇਕਾਈਆਂ ਦਾ ਸਮਰਥਨ ਆ, ਸਾਡੇ ਨਾਲ ਨੇ ਸਾਰੀਆਂ ਹੀ। ਪਹਿਲਾਂ ਤਾਂ ਜਿੰਨੀਆਂ ਪੰਜਾਬ ਦੀਆਂ 32 ਜਥੇਬੰਦੀਆਂ ਨੇ ਉਹ ਸਾਰੀਆਂ ਇਕਜੁੱਟ ਨੇ, ਉਹਨਾਂ ਦੇ ਨਾਲ ਜਿੰਨੇ ਕੀ ਵਪਾਰਕ ਮੰਡਲ ਨੇ, ਆੜਤੀ ਐਸੋਸੀਏਸ਼ਨ ਨੇ, ਉਹ ਸਾਰੀਆਂ ਸਾਡੇ ਨਾਲ ਸਹਿਮਤ ਨੇ। ਅੱਜ ਕੋਈ ਵੀ ਰੇਹੜੀ ਵਾਲਾ, ਫੜੀ ਵਾਲਾ ਕੋਈ ਵੀ ਨਹੀਂ।